ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਤੁਹਾਡਾ ਆਪਣੀ ਸਟੱਡੀ ਲਵਰ 247 ਚੈਨਲ 'ਤੇ। ਆਈ ਐਮ ਨਵਜੋਤ ਕੌਰ। ਅੱਜ ਆਪਾਂ 8th ਕਲਾਸ ਦੀ ਸਾਇੰਸ ਦਾ ਜਿਹੜਾ ਹੈਗਾ 17 ਨੰਬਰ ਚੈਪਟਰ ਆ ਜਿਹੜਾ ਸ਼ੁਰੂ ਕਰਾਂਗੇ, ਠੀਕ ਹੈ ਜੀ। ਆਪਣਾ ਚੈਪਟਰ ਹੈਗਾ ਜੀ ਸਟਾਰਸ ਐਂਡ ਸੋਲਰ ਸਿਸਟਮ। ਆਪਣਾ ਚੈਪਟਰ ਕਿਹੜਾ ਜੀ? ਸਟਾਰਸ ਐਂਡ ਸੋਲਰ ਸਿਸਟਮ, ਠੀਕ ਹੈ ਜੀ। ਅੱਜ ਆਪਾਂ ਇਸ ਚੈਪਟਰ ਨੂੰ ਹੈ ਜਿਹੜਾ ਸ਼ੁਰੂ ਕਰਾਂਗੇ। ਸੋ ਆਪਾਂ ਇਹਨੂੰ ਡਿਟੇਲ ਵਿੱਚ ਵੀ ਪੜ੍ਹਾਂਗੇ, ਠੀਕ ਹੈ ਜੀ। ਸੋ ਨੈਕਸਟ ਆਪਾਂ ਜਿਹੜਾ ਹੈਗਾ ਟੋਪਿਕ ਹੈ ਜਿਹੜਾ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਆਪਣਾ ਟੋਪਿਕ ਕੀ ਹੈ, ਠੀਕ ਹੈ ਜੀ? ਅੱਜ ਆਪਾਂ ਜਿਹੜਾ ਸੋਲਰ ਸਿਸਟਮ ਅਤੇ ਸਟਾਰਸ ਬਾਰੇ ਆ ਜਿਹੜਾ ਪੜ੍ਹਾਂਗੇ, ਠੀਕ ਹੈ ਜੀ। ਸਭ ਤੋਂ ਆਪਣਾ ਫਸਟ ਟੋਪਿਕ ਹੈਗਾ ਦਾ ਮੂਨ, ਠੀਕ ਹੈ ਜੀ। ਮੂਨ ਦੇ ਬਾਰੇ ਅੱਜ ਆਪਾਂ ਇਨਫੋਰਮੇਸ਼ਨ ਤੁਹਾਨੂੰ ਦੱਸਾਂਗੇ, ਆਪਾਂ ਮੂਨ ਦੇ ਬਾਰੇ ਜਿਹੜਾ ਪੜ੍ਹਾਂਗੇ, ਠੀਕ ਹੈ ਜੀ। ਸੋ ਮੂਨ ਦੇ ਵਿੱਚ ਕੀ ਆਪਾਂ ਨੂੰ ਦੱਸਿਆ ਹੋਇਆ ਉਹਨਾਂ ਨੇ, ਆਪਾਂ ਪੜ੍ਹ ਲੈਂਦੇ ਹਾਂ ਬੁੱਕ ਦੇ ਵਿੱਚ। ਇਜ਼ ਦੇਅਰ ਆ ਚੇਂਜ ਇਨ ਦਾ ਸ਼ੇਪ ਆਫ ਦਾ ਮੂਨ ਐਵਰੀ ਡੇ, ਠੀਕ ਹੈ ਜੀ। ਆਰ ਦੇਅਰ ਆਰ ਡੇਜ਼ ਵੈਨ ਦਾ ਸ਼ੇਪ ਆਫ ਦਾ ਮੂਨ ਅਪੀਅਰਸ ਟੂ ਬੀ ਪਰਫੈਕਟਲੀ ਰਾਊਂਡ। ਆਰ ਦੇਅਰ ਡੇਜ਼ ਵੈਨ ਦਾ ਮੂਨ ਮੂਨ ਕੈਨ ਨੋਟ ਬੀ ਸੀਨ ਐਟ ਆਲ ਈਵਨ ਇਫ ਦਾ ਸਕਾਈ ਇਜ਼ ਕਲੀਅਰ। ਹਾਂਜੀ, ਇਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਕੀ ਕਿਹਾ ਹੈਗਾ ਕਿ ਚੰਨ ਦੀ ਜਿਹੜੀ ਸ਼ਕਲ ਹੁੰਦੀ ਹੈ ਉਹਦੇ ਵਿੱਚ ਕੀ ਹਰ ਰੋਜ਼ ਪਰਿਵਰਤਨ ਆਉਂਦਾ, ਜਾਂ ਕਿ ਅਜਿਹੇ ਵੀ ਦਿਨ ਹਨ ਜਿਨ੍ਹਾਂ ਵਿੱਚ ਆਪਾਂ ਚੰਨ ਦੀ ਜਿਹੜੀ ਸ਼ਕਲ ਹੈ ਉਹਨੂੰ ਆਪਾਂ ਪੂਰਾ ਗੋਲ ਦੇਖ ਸਕਦੇ ਹਾਂ, ਜਾਂ ਕਈ ਵਾਰ ਅਜਿਹਾ ਵੀ ਦਿਨ ਹੁੰਦਾ ਹੈਗਾ ਕਿ ਜਦੋਂ ਆਕਾਸ਼ ਪੂਰਾ ਸਾਫ਼ ਵੀ ਹੋਵੇ ਤਾਂ ਆਪਾਂ ਨੂੰ ਜਿਹੜਾ ਚੰਨ ਹੈ ਫਿਰ ਵੀ ਦੇਖਣ ਨੂੰ ਨਹੀਂ ਮਿਲਦਾ, ਠੀਕ ਹੈ ਜੀ। ਤੁਸੀਂ ਸੁਣਿਆ ਹੀ ਹੋਣਾ ਹੈਗਾ ਜਦੋਂ ਮਤਲਬ ਚੰਨ ਦੀ ਜਦੋਂ ਆਪਾਂ ਨੂੰ ਪੂਰਾ ਟਿੱਕੀ ਦਿਖਾਈ ਦਿੰਦੀ ਹੈ ਤਾਂ ਆਪਾਂ ਨੂੰ ਕੀ ਕਹਿੰਦੇ ਹਾਂ? ਪੂਰਨਮਾਸ਼ੀ। ਤਾਂ ਆਪਾਂ ਪੰਜਾਬੀ ਦੇ ਵਿੱਚ ਉਹਨੂੰ ਕੀ ਕਹਿੰਦੇ ਹਾਂ? ਪੂਰਨਮਾਸ਼ੀ। ਇੰਗਲਿਸ਼ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ? ਫੁੱਲ ਮੂਨ ਡੇ। ਕੀ ਕਹਿੰਦੇ ਹਾਂ? ਫੁੱਲ ਮੂਨ ਡੇ ਆਪਾਂ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਫੁੱਲ ਮੂਨ ਡੇ, ਠੀਕ ਹੈ ਜੀ। ਸੋ ਇਹ ਆਪਾਂ ਇਹਦੇ ਵਿੱਚ ਪੜ੍ਹਨਾ ਸੀਗਾ, ਅਤੇ ਠੀਕ ਹੈ ਜੀ। ਜਿਵੇਂ ਕਿ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ, ਜਿਵੇਂ ਮੰਨ ਲਓ ਜਦੋਂ ਪੂਰਨਮਾਸ਼ੀ ਹੁੰਦੀ ਹੈ, ਠੀਕ ਹੈ, ਇਹਦੇ ਮਤਲਬ ਇਹਦੇ ਤੋਂ ਬਾਅਦ ਜਦੋਂ ਹਰ ਰਾਤ ਨੂੰ ਜਦੋਂ ਵੀ ਆਪਾਂ ਨੂੰ ਚੰਨ ਦਾ ਜਿਹੜਾ ਚਮਕੀਲਾ ਭਾਗ ਹੈ ਉਹ ਕੀ ਹੈ? ਘੱਟਦਾ 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 ਨਜ਼ਰ ਆਉਣਾ ਸ਼ੁਰੂ ਹੁੰਦਾ, ਠੀਕ ਹੈ ਜੀ। ਸਪੋਜ਼ ਕਰੋ ਜਿਵੇਂ ਕਿ ਆਪਣੇ ਕੋਲ ਆਹ ਵਾਲਾ ਜਿਹੜਾ ਹੈਗਾ ਚੰਨ ਹੈ, ਠੀਕ ਹੈ ਜੀ, ਇਸ ਤਰ੍ਹਾਂ, ਠੀਕ ਹੈ ਜੀ। ਤਾਂ ਉਹ ਕੀ ਹੈ? ਹੌਲੀ ਹੌਲੀ ਆਪਾਂ ਨੂੰ ਜਿਹੜੀ ਉਹਦੀ ਟਿੱਕੀ ਹੈ ਹੁਣ ਵੱਡੀ ਸੀ ਤਾਂ ਹੌਲੀ ਹੌਲੀ ਛੋਟੀ ਹੁੰਦੀ ਜਾਊਗੀ, ਠੀਕ ਹੈ ਜੀ। ਇਸ ਤਰ੍ਹਾਂ ਜਿਹੜਾ ਚੰਨ ਦਾ ਸਾਈਜ਼ ਹੈ ਜਿਹੜਾ ਆਪਾਂ ਨੂੰ ਛੋਟਾ ਛੋਟਾ ਹੁੰਦਾ ਦਿਖਾਈ ਦਿੰਦਾ, ਅਤੇ ਬਾਅਦ ਵਿੱਚ ਕੀ ਉਹ ਬਿਲਕੁਲ ਹੀ ਇਸ ਤਰ੍ਹਾਂ ਦਾ ਰਹਿ ਜਾਂਦਾ, ਠੀਕ ਹੈ ਜੀ। ਤਾਂ ਉਹਨੂੰ ਉਸ ਦੇ 15ਵੇਂ ਦਿਨ ਬਾਅਦ ਜਦੋਂ 15 ਦਿਨ ਜਦੋਂ ਪੂਰੇ ਹੋ ਜਾਂਦੇ ਆ, ਠੀਕ ਹੈ ਜੀ, ਤਾਂ ਉਦੋਂ ਆਪਾਂ ਨੂੰ ਜਿਹੜਾ ਚੰਨ ਦਿਖਾਈ ਦੇਣਾ ਬੰਦ ਹੋ ਜਾਂਦਾ। ਫਿਰ ਵੀ ਮਤਲਬ ਥੋੜ੍ਹਾ ਥੋੜ੍ਹਾ ਆਪਾਂ ਨੂੰ ਦਿਸਦਾ ਹੈਗਾ, ਠੀਕ ਹੈ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਮੱਸਿਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਮੱਸਿਆ ਕਹਿੰਦੇ ਹਾਂ। ਜਿਵੇਂ ਕਿ ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਕਹਿ ਦਾਂਗੇ, ਇੱਕ ਮਿੰਟ ਆਪਾਂ ਕਲਰ ਚੇਂਜ ਕਰ ਲਈਏ, ਕਿਹੜਾ ਲਈਏ? ਬਲੈਕ, ਠੀਕ ਹੈ, ਹੈ ਨਾ। ਅਤੇ ਹਾਂਜੀ, ਇੰਗਲਿਸ਼ ਦੇ ਵਿੱਚ ਆਪਾਂ ਉਹਨੂੰ ਕੀ ਕਹਾਂਗੇ? ਨਿਊ ਮੂਨ ਡੇ, ਜਾਂ ਨਿਊ ਮੂਨ ਲਾਈਟ ਵੀ ਆਪਾਂ ਮਤਲਬ ਡੇ ਸੋਰੀ ਨਹੀਂ ਤਾਂ ਆਪਾਂ ਲਾਈਟ ਕਹਿ ਦਾਂਗੇ, ਨਿਊ ਮੂਨ ਲਾਈਟ, ਠੀਕ ਹੈ ਜੀ, ਠੀਕ ਹੈ ਜੀ। ਤਾਂ ਠੀਕ ਹੈ, ਅੱਗੇ ਆਪਾਂ ਨੈਕਸਟ ਆਪਣਾ ਪੁਆਇੰਟ ਸ਼ੁਰੂ ਕਰਦੇ ਹਾਂ, ਜਿਹੜਾ ਆਪਣਾ ਨੈਕਸਟ ਸਲਾਈਡ ਹੈ ਆਪਣੀ ਆਵਲੀ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀ ਪੜ੍ਹਾਂਗੇ? ਕਨਸੈਟੇਲੇਸ਼ਨਸ। ਇਹਦੇ ਵਿੱਚ ਕੀ ਹੁੰਦਾ? ਇਹਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਹਾਂ? ਤਾਰਾ ਮੰਡਲ। ਕੀ ਕਹਾਂਗੇ? ਤਾਰਾ ਮੰਡਲ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਤਾਰਾ ਮੰਡਲ? ਤੁਹਾਨੂੰ ਪਤਾ ਕਿਸੇ ਨੂੰ ਕੀ ਹੁੰਦਾ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ? ਜਿਵੇਂ ਮੰਨ ਲਓ, ਜਿਵੇਂ ਕਿ ਆਪਾਂ ਜਿਹੜੇ ਵੀ ਤਾਰਿਆਂ ਦੀ ਸ਼ਕਲ ਹੈ, ਜਿਵੇਂ ਜਿਹਨੂੰ ਆਪਾਂ ਪਛਾਣ ਸਕਦੇ ਹਾਂ, ਜਿਵੇਂ ਆਪਾਂ ਕਹਿ ਸਕਦੇ ਹਾਂ ਪਛਾਣੀਆਂ ਜਾਂਦੀਆਂ ਸ਼ਕਲਾਂ ਵਾਲਿਆਂ ਨੂੰ ਆਪਾਂ ਤਾਰਿਆਂ ਦੇ ਸਮੂਹ ਨੂੰ ਤਾਰਾ ਮੰਡਲ ਕਹਿੰਦੇ ਹਾਂ, ਠੀਕ ਹੈ ਜੀ। ਕੀ ਕਹਾਂਗੇ ਉਹਨਾਂ ਨੂੰ? ਕੀ ਕਹਾਂਗੇ? ਤਾਰਾ ਮੰਡਲ, ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਉਹਨੂੰ ਕੀ ਕਹਾਂਗੇ? ਕਨਸੈਟੇਲੇਸ਼ਨਸ। ਕੀ ਕਹਾਂਗੇ? ਕਨਸੈਟੇਲੇਸ਼ਨਸ, ਠੀਕ ਹੈ।
अज अपना पेन नहीं चल रहा है ना सही तरह, तो हूँ आप कहे कंसैटेलेशंस। ठीक है जी, जिमें मान लो कि आप जो रात को तारे दिखाई देते हैं, ठीक है, रात को अपन आकाश के तारे दिखाई देते हैं ना, आप तारे मंडल की जड़ी आसानी ना उदो पहचान कर सकते हैं। ठीक है जी, तो रात को तारे देखने हैं, ठीक है, तो तारा मंडल जोड़ा तुम है उनकी पहचान करनी है। ठीक है जी, गर्मियों में जो आप हूँ ऑब्वियसली हूँ आप बाहर ही पिया करेंगे गर्मियों, तो तुम तारे देखना है रात को। ठीक है जी, तो नैक्सट आप करेंगे, नैक्सट आप अगे टॉपिक कर लें अपना, हाँ जी अपने प्लैनेट्स बारे पढ़ लें। ठीक है जी, पंजाबी जिन्हों आप कहे ग्रह, पंजाबी विच की कहे ग्रह। ठीक है जी, सारे अपने ग्रह के नाम तो याद ही होंगे कि नहीं है, आई होप होने चाहिए याद। ठीक है, एक जड़े ग्रह होंगे ये भी कि एक तारिया वगू जड़े आ प्रतीत होंगे। ठीक है जी, जिमें कि आप कह सकते हैं जिमें प्र जिमें कि ग्रहों का जड़ा आपका प्रकाश नहीं होंगे। ठीक है जी, इन्हों का आपका कोई भी है जड़ा प्रकाश नहीं होंदा। द प्लैनेट्स लुक लाइक स्टार्स बट दे नॉट हैव लाइट ऑफ देयर ओन। इन्हों का जड़ा अपना प्रकाश है यह नहीं होंदा, ये जड़े कि सिर्फ अपने उत्ते जड़ियाँ पैन वाले सूरज के प्रकाश दियाँ किरणा होंदियाँ उन्होंने परिवर्तन कर सकते हैं। ठीक है जी, जिमें कि तारे और ग्रह इन्हों विच आपां अंतर भी स्पष्ट करांगे। ठीक है जी, ठीक है बच्चो, ठीक है, अगे आप करते हैं जिमें कि तुसी आपां इहदे च पढ़िया ही हैगा भी इहदा जिहड़ा अपना आपदा प्रकाश जिहड़ा नहीं हुंदा। ठीक है जी, यह कि एक जिमें लाटू तुसी देखिया ही होना, लाटू नूं लाटू जिमें घूमता उस तरह ये जिहड़े अपने प्लैनेट्स है वह घूमते हैं राउंड राउंड। ठीक है जी, एक की है राउंड राउंड इस तरह घूमते हैं। ठीक है, अगे आप पढ़ते हैं फस्ट प्लैनेट अपना केड़ा है, फस्ट प्लैनेट मरकुरी जिन्हों आप पंजाबी दे विच की कहने हैं बुध ग्रह, की कहने हैं बुध ग्रह। ठीक है जी, बुध ग्रह की होंदा है, बुध ग्रह जेड़ा अपना सूरज का सब तो नेड़ला ग्रह। ठीक है जी, द प्लैनेट मरकुरी इज नीरेस्ट टू द सन, सब तो जेड़ा हैगा नेड़े वाला ग्रह, ये अपने सूरजी परिवार का सब तो छोटा ग्रह, एक ही है सूरजी परिवार के सब तो छोटा ग्रह। ठीक है जी, क्योंकि जेड़ा बुध सूरज जेड़ा वो बहुत नेड़े हुंदा है, ठीक है, जिस करके वधेरे समय तक सूरज दे जिवें कि आपां कहने चंद्याणा। ठीक है जी, चंद्याणा तो उस वेले प्रकाश विच जेड़े छिपे रहिंदे आ, रहन कारण इन्हां नूं जेड़ा बहुत मुश्किल हुंदी है, पर फिर भी यह जिहड़ा कि सूरज के उगन तो तुरंत पहला ही, सूरज के सिपन तो तुरंत पहला ही आपां दुमेर ते विखाई दे सकता। ठीक है जी, ठीक है जी, इनू आपां जिवें कि इहदा बुध बुध है जिहड़ा इहदा अपना कोई भी ग्रह नहीं हुंदा। ठीक है जी, बुध का जिहड़ा अपना ग्रह जिहड़ा नहीं हुंदा। ठीक है, नैक्सट अपना पढ़ लैने आ, हाँ जी नैक्सट अपना हैगा वीनस। नैक्सट की है वीनस जिन्हों आप कहने शुक्र, पंजाबी दे विच की कहने शुक्र, की कहांगे शुक्र। ठीक है जी, ये की है ग्रहों में शुक्र है जिहड़ा धरती का सब तो नेड़ला गवांडी है। ठीक है जी, ये अपने की है गवांडी है, जो रात दे विच आकाश दे विच ये सब तो वध जिहड़ा चमकीला ग्रह यही हुंदा। ठीक है जी, रात को जो चमकते हैं तो जो रात को ग्रह हैं जिहड़े चमकते हैं तो यह सब तो जड़ा कि है चमकीला ग्रह यही है। ठीक है जी, जिमें कि कदे कदे आप शुक्र जड़ा है पूर्वी आकाश के सूरज उगन तो पहला भी विखाई दे देता अपन। ठीक है जी, तो सूरज के कदे कदे डुबन तो तुरंत बाद जड़ा है ये पछमी आकाश में भी विखाई देता है। ठीक है जी, तो जिमें कि आप इसलिए आप अक्सर तारा ज संध्या तारा भी कह दें। ठीक है जी, इनू आप कह दें संध्या होया तारा। ठीक है जी, ठीक है जी, इन आप कहे संध्या होया तारा। ठीक है जी, अगे नैक्सट अपनी हैगी अर्थ,
नेक्स्ट की है अर्थ, द अर्थ। अर्थ बारे तो पता ही है, धरती ही सूरज का परिवार है। धरती जिहड़ी हैगी है उही सूरज परिवार का एक अजिहा हिस्सा है, अजिहा ग्रह है जिथे जिस विच जिहड़ा हैगा कि जीवन होंद विच आउंदा है। ठीक है जी, जिवें धरती ते जीवन मौजूदगी होण ते निरंतरता बना के आपां जिहड़े रख सकदे हां। ठीक है जी, जिवें कुछ जिवें कि धरती ते ही जिहड़े मनुख है उह रहिंदे आ, है ना, इस तरह जिहड़ा हैगा। ठीक है जी, जिवें वायुमंडल हो गया, जिवें अपना ओजोन दा गिलाफ बनिया रहि सके जिवें अपने। ठीक है जी, तां धरती दा घूमना जिहड़ा तुरा इस ते ग्रहण दे तल जिहड़ा हुंदा उहदे लंबात्मक तक नहीं है। ठीक है जी, तां जिवें कि धरती दा सिर्फ एक ही जिहड़ा हैगा उपग्रह है जो हैगा चन्न। धरती दा एक ही उपग्रह और जिहड़ा हैगा चन्न। ओके जी, चलो अज आपां इन्ना ही करांगे। अज टॉपिक जिहड़ा नैक्सट वीडियो च आपां जिहड़ा चैप्टर नूं जिहड़ा कंप्लीट कर दांगे। ठीक है जी, सो तुसी वीडियोज़ नूं लाइक जरूर करना है, शेयर करना है अपने फ्रेंड सर्कल्स दे विच। ठीक है, ओके, ओ सॉरी।